ਨਾਲ ਅੱਜ ਹੀ ਉਹਨੇ ਸਪੀਕ ਦੱਸਦਾ ਸੀ ਇਹਨੇ ਕਿਤੇ ਟੀ ਵੀ 'ਤੇ ਹੀ ਸੁਣਿਆ ਹੋਣਾ ਵੀ ਰਹਿਮਾਨ ਮਲਿਕ ਨੇ ਆਖਿਆ ਵੀ ਉਲਮਾ ਇਕੱਠੇ ਹੋਣ ਅਤੇ ਤਾਹਿਰ ਉਲ ਕਾਦਰੀ ਨੇ ਇਕੱਠੇ ਕਰਨੇ ਨਾ ਉਹਨੂੰ ਜ਼ਿੰਮੇ ਲਾਇਆ ਵੀ ਇਹ ਫਤਵਾ ਦਿਓ ਵੀ ਇੱਕ ਵੀ ਖੁਦ ਕੁਛ ਹਮਲੇ ਜਿਹੜੇ ਹਰਾਮ ਆ ਬਲਕਿ ਉਹਨੇ ਰਹਿਮਾਨ ਮਲਿਕ ਤਾਂ ਆਖਿਆ ਤੁਸੀਂ ਇਹ ਫਤਵਾ ਦਿਓ ਵੀ ਮੁਸਲਮਾਨ ਹੀ ਨਹੀਂ ਇਹ ਕਾਫਰ ਲੋਕ ਹੋ ਗਏ ਜਿਹੜੇ ਖੁਦ ਕੁਛ ਕਰਦੇ ਸਾਫ਼ੀ ਪ੍ਰੋਗਰਾਮ ਚੱਲ ਇਹ ਹੁਣ ਮੈਂ ਸੋਚਦਾ ਗਿਆ ਸੀ ਕੋਈ 7:30 ਸਲੀਮ ਸਾਫ਼ੀ ਦਾ ਪ੍ਰੋਗਰਾਮ ਸੀ ਉਹਨੇ ਲਾਇਆ ਤਾਂ ਉਹਨੇ ਕਾਲ ਕਰ ਲਿਆ ਤੁਹਾਨੂੰ ਘਰ ਹੀ ਉਹਨੇ ਸਵਾਲ ਕੀਤਾ ਸੀ ਮੌਲਾਨਾ ਬਣਾਉਂਦੇ ਆ ਜਿਹੜੇ ਤੁਹਾਨੂੰ ਬੜਾ ਸੀ ਖੁਸ਼ ਆਮਦਨ ਕਹਿੰਦੇ ਤੁਸੀਂ 2-3 ਸਾਲ ਤੋਂ ਬਾਅਦ ਦੁਬਾਰਾ ਅਸੀਂ ਤੁਹਾਡੇ ਤੋਂ ਸਿਆਸੀ ਸਵਾਲ ਪੁੱਛ ਦਿੱਤਾ ਹੈ ਤੁਸੀਂ ਇੱਕ ਤਾਂ ਚਲੇ ਗਏ ਜਿਹੜੇ ਇਹ ਲੋਕ ਸਾਡੇ ਮੁਸ਼ਕਿਲ ਹਮਲੇ ਕਰਦੇ ਨੇ ਇਹ ਕਾਫਰ ਨੇ ਜਾਂ ਕੀ ਨੇ ਉਹਨਾਂ ਕਿਹਾ ਜੀ ਬਿਲਕੁਲ ਦੈਰਾ ਸਲਾਮ ਤੋਂ ਇਹ ਖਾਰਜ ਨੇ ਦੱਸੋ ਔਰ ਸਵਾਲ ਇਹ ਪੈਦਾ ਹੁੰਦਾ ਕਿ ਦੈਰਾ ਸਲਾਮ ਤੋਂ ਖਾਰਜ ਹੋ ਗਿਆ ਮੁਰਤਦ ਹੋ ਗਿਆ ਉਹਨਾਂ ਦੇ ਤਾਂ ਫਿਰ ਮਾਲ ਵੀ ਹਲਾਲ ਹੋ ਗਿਆ ਅਤੇ ਬੀਬੀਆਂ ਲੋੜੀਆਂ ਬਣ ਗਈਆਂ ਬੱਚੇ ਗੁਲਾਮ ਬਣ ਗਏ ਇਹਦਾ ਕੀ ਬਣੇਗਾ ਨਹੀਂ ਸਲਾਮ ਤੋਂ ਖਾਰਜ ਹੋ ਹੀ ਨਹੀਂ ਸਕਦਾ ਉਹ ਮੁਫਤੀ ਮਨੀਫ ਜਿਹੜਾ ਉਹਨੇ ਵੀ ਇਹੋ ਕਿਹਾ ਉਹ ਬਾਅਦ 'ਚ ਉਹ ਆ ਗਿਆ ਉਹਨੇ ਵੀ ਇਹੋ ਕਿਹਾ ਨਹੀਂ ਸਲਾਮ ਚੋਂ ਕਿਵੇਂ ਖਾਰਜ ਉਹਨੇ ਖਾਰਜ ਕਰ ਦਿੱਤਾ ਜੀ ਨਹੀਂ ਖੁਦ ਕੁਛ ਹਮਲਾ ਜਿਹੜਾ ਖੁਦ ਕੁਛ ਹਮਲਾ ਹੋਵੇ ਜਾਣ ਬੁੱਝ ਕੇ ਕਤਲ ਹੋਵੇ ਜਾਂ ਹੋਰ ਜੋ ਹੈ ਇਹ ਗੁਨਾਹ ਹੀ ਹੈ ਨਾ ਗੁਨਾਹ ਜਿਹੜਾ ਇਸਲਾਮ ਤੋਂ ਖਾਰਜ ਨਹੀਂ ਕਰ ਇਸਲਾਮ ਤੋਂ ਖਾਰਜ ਹੋਣ ਹੀ ਚਾਹੀਦੀ ਹੈ ਪਿਓ ਅੱਲਾਹ ਰਸੂਲ ਦਾ ਇਨਕਾਰ ਕਰਦੇ ਕੁਰਾਨ ਉਹ ਹੋਰ ਗੱਲ ਹੈ ਇਹ ਜਿੰਨਾ ਮਰਜ਼ੀ ਤੂੰ ਇਹਨੂੰ ਕਬੀਰਾ ਅਤੇ ਕਬੀਰਿਆਂ ਤੋਂ ਵੀ ਬੜਾ ਕਬੀਰਾ ਕਹੋ ਇਸਲਾਮ ਤੋਂ ਨਹੀਂ ਖਾਰਜ ਕਰ ਇਹ ਖਾਰਜੀ ਲੋਕਾਂ ਨੇ ਜਦੋਂ ਆਖਿਆ ਨਾ ਜਿਹੜੇ ਲੋਕ ਕਬੀਰਾ ਗੁਨਾਹ ਕਰਦੇ ਇਹ ਕਾਫਰ ਹੋ ਜਾਂਦੇ ਅਤੇ ਹਜ਼ਰਤ ਚਲੀ ਰਹੀ ਉਹਨਾਂ ਨੂੰ ਤਾਂ ਇਸੇ ਤਰ੍ਹਾਂ ਹੁਜਤ ਕਾਇਮ ਕੀਤੀ ਨਾ ਬੇ ਰਸੂਲਾਂ ਦੇ ਜ਼ਮਾਨੇ 'ਚ ਜ਼ਨਾਹ ਦੇ ਜੁਰਮ ਸੰਸਾਰ ਵੀ ਕੀਤਾ ਗਿਆ ਅਤੇ ਫਿਰ ਉਹਦੇ ਨਮਾਜ਼ ਜਨਾਜ਼ਾ ਵੀ ਪੜ੍ਹੇ ਗਿਆ ਉਹਨਾਂ ਦੀ ਵਿਰਾਸਤ ਹੀ ਤਕਸੀਮ ਹੋਈ ਅਗਰ ਉਹ ਕਾਫਰ ਹੋ ਗਿਆ ਸੀ ਫਿਰ ਆਪਣੇ ਇਹਦਾ ਜਵਾਬ ਨਹੀਂ ਖਾਰਜੀਆਂ ਮਾਰਿਆ ਉਹਨਾਂ ਆਖਿਆ ਗੁਨਾਹਗਾਰ ਹੋਣਾ ਹੋ ਰਿਹਾ ਜਿੰਨਾ ਮਰਜ਼ੀ ਗੁਨਾਹ ਹੋਵੇ ਮਗਰ ਇਸਲਾਮ 'ਚੋਂ ਤਾਂ ਨਹੀਂ ਨਿਕਲ ਇਸਲਾਮ 'ਚੋਂ ਤਾਂ ਉਹ ਹੀ ਨਿਕਲੂਗਾ ਜਿਹੜਾ ਕਹਿ ਦੇ ਕੋਈ ਅਸੂਲ ਨਹੀਂ ਸੱਚਾ ਹੱਥ ਹੀ ਨਾਲ ਹਾਦੂ ਹੱਲ ਹੱਲ ਕੀਤੀ ਔਰ ਫਿਰ ਉਹਨਾਂ ਦੇ ਜਨਾਜ਼ੇ ਪੜ੍ਹੇ ਉਹਨਾਂ ਦੀ ਬਖਸ਼ਿਸ਼ ਦੁਆਵਾਂ ਮੰਗੀਆਂ ਉਹਨਾਂ ਨੂੰ ਮੁਸਲਮਾਨਾਂ ਦੇ ਕਬਰਸਤਾਨ ਦਫਨ ਕੀਤਾ ਕਿਉਂ ਚੌਥਾਈ ਸਾਹਿਬ ਕਿੱਡੀ ਜ਼ਬਰਦਸਤ ਦਲੀਲ ਹੈ ਉਹਨਾਂ ਦੀ ਵਿਰਾਸਤ ਵੀ ਮੁਸਲਮਾਨਾਂ 'ਚ ਤਕਸੀਮ ਇਹਨਾਂ ਦਾ ਦੁੱਖ ਜਿਹੜਾ ਨਾ ਹੋਰ ਆ ਬਰੇਲਵੀਆਂ ਦਾ ਉਹ ਹਕੂਮਤ ਨੂੰ ਵੀ ਸ਼ਾਇਦ ਪਤਾ ਜਾਂ ਨਹੀਂ ਉਹ ਜਿਹੜੇ ਲੋਕ ਆ ਨਾ ਉਹ ਆ ਨਜ਼ਦੀ ਅਕੀਦੇ ਦੇ ਕਿ ਰੌਜ਼ੇ ਢਾਉਂਦੇ ਆ ਕੱਟਣ ਇਸ ਤੋਂ ਉੱਥੇ ਉਹਨੇ ਇੱਕ ਰੌਜ਼ਾ ਢਾਇਆ ਵੀ ਸੀ ਨਾ ਪਿੱਛੇ ਜਿਹਾ ਜਿਹੜਾ ਫਿਰ ਬੜਾ ਪਿੱਟੇ ਸੀ ਇਸ ਤੋਂ ਫਜ਼ਲ ਕਰੀਮ ਔਰ ਸਾਰਿਆਂ ਤਹਿਰੀਕ ਚਲਾਈ ਹੈ ਵੀ ਜੇ ਉਹ ਆ ਗਿਆ ਨਾ ਤਾਂ ਦਾਤਾ ਸਾਹਿਬ ਦਾ ਔਰ ਸਾਰੇ ਜਿਹੜੇ ਦਰਬਾਰ 'ਚ ਬੜੇ ਤਬਾਹ ਹੋ ਜਾਣੇ ਇਹ ਇਹ ਆਪਣੇ ਨਹੀਂ ਇਹਨਾਂ ਨੂੰ ਖੁਦ ਕੁਛ ਹਮਲਿਆ ਨਾ ਕੋਈ ਨਹੀਂ ਇਹਨਾਂ ਨੂੰ ਇਹ ਹੈ ਵੀ ਉਹ ਅਕੀਦਾ ਇਹ ਰੱਖਦੇ ਆ ਵੀ ਪੱਕੀਆਂ ਕਬਰਾਂ ਕਿਉਂ ਬਣੀਆਂ ਇਹ ਕਿਉਂ ਪਤਖਾਨੇ ਤੁਸੀਂ ਬਣਾਏ ਕੀਤੀ ਜੀ ਉਹ ਹੀ ਨਜ਼ਰੀਆ ਨਾ ਹੁੰਦਾ ਇਹ ਹੁਣ ਚੌਥਾਈ ਸਾਹਿਬ ਸ਼ੀਆ ਔਰ ਜਿਹੜੇ ਨੇ ਯੌਮੇ ਨਿਹਦਾਮੇ ਬਕੀ ਮਨਾਉਂਦੇ ਉਸ ਦਿਨ ਸੌਗ ਕਰਦੇ ਬਕੀ ਕਰਾਇਆ ਗਿਆ ਸੀ ਤਾਲਿਬਾਨ ਰਹਿਨੁਮਾ ਨੇ ਮੰਨ ਲਿਆ ਜੀ ਅਸੀਂ ਕਰਵਾਇਆ ਮੌਲਾਨਾ ਹਕੀਕਤ 'ਚ ਤਾਂ ਇਸ ਤਰ੍ਹਾਂ ਨਜ਼ਰ ਆਉਂਦਾ ਕਿ ਇਹ ਸਿਰਫ ਤਾਲਿਬਾਨ ਨੂੰ ਬਦਨਾਮ ਕਰਨ ਵਾਸਤੇ ਉਹ ਆਪਣੇ ਅਲਾ ਮਤਲਬ ਤਾਲਿਬਾਨ ਦਾ ਕੋਈ ਲੀਡਰ ਨਹੀਂ ਨਾ ਜਾਈ ਹੋਰ ਹੈ ਬਸ ਆਪੇ ਇੱਕ ਬੰਦੇ ਨੂੰ ਤਾਲਿਬਾਨ ਬਣਾ ਕੇ ਨਾ ਉਹਨੇ ਜੀ ਤਰੀ ਫੋਨ ਕੀਤਾ ਵੀ ਅਸੀਂ ਜ਼ਿੰਮੇਦਾਰੀ ਕਬੂਲ ਇਹ ਗੱਲ ਤੁਹਾਡੀ ਬਿਲਕੁਲ ਠੀਕ ਅਤੇ ਮੌਲਾਨਾ ਇੱਕ ਬੰਦੇ ਨੇ ਜਿਹੜਾ ਬੋਲਦਾ ਪਾਕਿਸਤਾਨ 'ਚ ਸਵਾਲ ਕੀਤਾ ਕਿ ਪਾਕਿਸਤਾਨ ਇੰਡੀਅਨ ਮਤਲਬ ਕਿਤੇ ਵੀ ਇੰਡੀਆ 'ਚ ਹਮਲਾ ਹੁੰਦਾ ਉਹ ਕਹਿੰਦੇ ਜੀ ਪਾਕਿਸਤਾਨ ਮੁਲਵਸ ਕਿਤੇ ਵੀ ਕਿਸੇ ਦੇ ਕੰਨ 'ਚ ਵੀ ਕੋਈ ਦਰਦ ਹੁੰਦੀ ਉਹ ਕਹਿੰਦਾ ਪਾਕਿਸਤਾਨ ਉਹ ਸਾਡੇ ਸਿਰ ਤੇ ਮਰ ਮੌਲਾਨਾ ਉਹਨੇ ਇਤਰਾਜ਼ ਕੀਤਾ ਵੀ ਤੁਹਾਡਾ ਮੀਡੀਆ ਜਿਹੜਾ ਤੁਸੀਂ ਕਿਸ ਚੱਕਰ 'ਚ ਬੈਠੇ ਹੋ ਇੱਥੇ ਤੁਹਾਡੇ ਪਾਕਿਸਤਾਨ 'ਚ 3600 ਹਮਲੇ ਹੋ ਚੁੱਕੇ ਆ ਅਤੇ ਤੁਸੀਂ ਨਹੀਂ ਇਹਦਾ ਕੋਈ ਜਵਾਬ ਦਿੰਦੇ ਜਾਂ ਤੁਸੀਂ ਉਹਨੂੰ ਉੱਥੇ ਕੋਈ ਪ੍ਰੋਪਗੰਡਾ ਨਹੀਂ ਕਰਦੇ ਅਤੇ ਮੌਲਾਨਾ ਜਿਹੜਾ ਐਂਕਰ ਸੀ ਉਹਨੇ ਕਿਹਾ ਕਿ ਅਸੀਂ ਕੀ ਕਰੀਏ ਜਿਸ ਵੇਲੇ ਉੱਠ ਕੇ ਇੱਕ ਬੰਦਾ ਉਹਦੀ ਜ਼ਿੰਮੇਦਾਰੀ 'ਚ ਕਬੂਲ ਕਰ ਲੈਂਦਾ ਕਿ ਜੀ ਮੈਂ ਇਹ ਹਮਲਾ ਮੈਂ ਕਰਵਾਇਆ
ਮਤਲਬ ਬੈਤੁੱਲਾ ਮਸੂਦ ਦੀ ਕੋਈ ਇਕਬਾਲ ਚ ਉੱਠ ਜਾਂਦਾ ਜਾਂ ਉੱਠ ਜਾਂਦਾ ਕੋਈ ਉੱਠ ਜਾਂਦਾ ਤੇ ਕਹਿੰਦਾ ਅਸੀਂ ਇੱਥੇ ਕੀ ਕਰੀਏ, ਅਸੀਂ ਉਹਦੀ ਫਿਰ ਤਰਦੀਦ ਕਿਸ ਤਰ੍ਹਾਂ ਕਰੀਏ ਜਦੋਂ ਸਾਡੇ ਚੋਂ ਆਪ ਉੱਠ ਕੇ ਬੰਦਾ ਕਹਿ ਦਿੰਦਾ ਕਿ ਜੀ ਅਸੀਂ ਨਹੀਂ ਕੋਈ ਨਹੀਂ ਉੱਠਿਆ ਨਾ ਕਿਹਨੇ ਮੰਨਿਆ, ਉਹ ਇੰਡੀਆ ਦਾ ਹੀ ਬੰਦਾ ਉਹ ਕਹਿ ਦਿੰਦਾ ਸੀ ਚਾਰ ਬਾਹਰ ਆ ਗਏ। ਕੱਲ ਜਿਹੜਾ ਰਹਿਮਾਨ ਮਤਲਬ ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਉਹਨੇ ਕਿਹਾ ਜੀ ਕਿ ਤਾਲਿਬਾਨ ਨੇ ਇਹਦੀ ਜ਼ਿੰਮੇਵਾਰੀ ਕਬੂਲ ਕਰ ਲਈ ਆ, ਉਹਦੇ 'ਚ ਇੱਕ ਸਹਾਫ਼ੀ ਸੀਗਾ, ਬਾਅਦ 'ਚ ਉਹਨਾਂ ਪ੍ਰੋਗਰਾਮ ਬੰਦ ਕਰ ਦਿੱਤਾ। ਅੱਛਾ। ਉਹ ਇੱਕ ਸਹਾਫ਼ੀ ਸੀ, ਉਹਦਾ ਨਾਂ ਕਲੰਦਰ, ਉਹ ਪਿਸ਼ਾਵਰ ਦਾ, ਉਹ ਕਿਤੇ ਕੈਦ ਵੀ ਰਿਹਾ ਤਾਲਿਬਾਨ ਦੇ ਕੋਲ। ਉਹਨੇ ਕਿਹਾ ਜੀ ਮੇਰੀ ਤਾਲਿਬਾਨ ਦੇ ਨਾਲ ਗੱਲ ਹੋਈ ਹੈ, ਉਹਨਾਂ 'ਤੇ ਬਰੀਅਤ ਦਾ ਆਧਾਰ ਦਿੱਤਾ, ਤੁਸੀਂ ਕਹਿੰਦੇ ਪਏ ਆ, ਤੁਸੀਂ ਦੱਸੋ ਵੀ ਤੁਹਾਡਾ ਕੀ ਸੋਰਸ ਆ ਅਤੇ ਮੈਂ ਤੁਹਾਡੀ ਗੱਲ ਕਰਾਉਣਾ। ਕੋਈ ਤਾਲਿਬਾਨ ਦੇ ਕੰਮ ਨਹੀਂ ਕਰ ਰਹੇ। ਇਹ ਮਸਜਿਦ ਚੁਗਤਾਈ ਸਾਹਿਬ ਕਰਨਾ ਕਿ ਦਫ਼ਤਰ ਦਫ਼ਤਰ, ਇਹ ਮਸਜਿਦਾਂ 'ਚ ਮਾਰਨਾ, ਇਹ ਤਾਲਿਬਾਨ ਨੇ ਮੂੰਹ ਕਾਲਾ ਕਰਨਾ। ਉਹਨਾਂ ਦੇ ਕਈ ਵਾਰੀ ਆਖਿਆ ਵੀ ਅਸੀਂ ਨਾ ਔਰਤਾਂ 'ਤੇ ਕਰਦੇ ਹਾਂ ਨਾ ਬੱਚਿਆਂ 'ਤੇ ਕਰਦੇ, ਆਪੇ ਮੰਨਦੇ ਕਸਲਾ ਇਹ ਅਮਰੀਕਾ ਨੇ ਉਹ ਹੀ ਕਰਨ। ਰਹਿਮਾਨ ਦਿਖਾ ਰਿਹਾ ਜੀ ਜਿਹੜਾ ਹੋਇਆ ਨਾ ਹਮਲਾ ਫੌਜੀਆਂ ਦੀ ਮਸਜਿਦ ਵਿੱਚ, ਵਲੀਉਰ ਰਹਿਮਾਨ ਨਾਮੀ ਤਾਲਿਬਾਨ ਦਾ ਨਾਂ ਲਾ ਕੇ ਮੀਡੀਆ ਦਿਖਾ ਰਹੇ ਟੀ ਵੀ 'ਤੇ, ਬਿਲਕੁਲ ਜੱਡ ਹੀ ਸਾਰਾ ਕੰਮ ਕਰ ਰਿਹਾ ਇਸੇ ਤਰ੍ਹਾਂ ਬੇਈਮਾਨ ਇਕੱਠੇ ਹੋਏ। ਲੇਕਿਨ ਇਹ ਕਿਹਾ ਜੀ ਤਾਲਿਬਾਨ ਦੀਆਂ ਕਈ ਕਿਸਮਾਂ, ਇੱਕ ਅਮਰੀਕੀ ਤਾਲਿਬਾਨ ਹੀ ਆ, ਤੁਹਾਨੂੰ ਕਿਹੜੇ ਤਾਲਿਬਾਨ ਦੇ ਇਹਨਾਂ ਮਜ਼ਾਕ ਬਣਾ ਦਿੱਤਾ। ਹੈਲੋ, ਅਗਲਾ ਮਜ਼ਮੂਨ ਹੁਣ ਜਿਹੜਾ ਜੇ ਇਨਸ਼ਾ ਅੱਲਾ ਨਾ ਰਿਆਜ਼ ਸਾਹਿਬ ਅੱਲਾ ਤਾਲਾ ਖਿਆਲ ਰੱਖੀ ਜੀ।